ਝਾੜ ਬਹੁਤ ਵਧੀਆ ਨਿਕਲਿਆ ਝਾੜ ਤੇ ਭਾਬੀ ਐਰਕਾਂ ਸਾਰਿਆਂ ਨੂੰ ਵਧੀਆ ਰਹਿ ਗਿਆ ਅਜੇ ਘਰ ਪੜੋਲਾ ਭਰ ਕੇ ਗਏ ਸੀ ਉਸ ਹਿਸਾਬ ਨਾਲ ਸਾਡੀ ਫੇਰ ਵੀ ਮੈਂ ਕਹਿੰਦਾ 23 ਕੁਇੰਟਲ ਕਣਕ ਨਿਕਲ ਆਈ ਆ 23 ਦੇ ਹਿਸਾਬ ਨਾਲ ਵਧੀਆ ਹਣਾ ਭਾਜੀ ਲੈ ਵੀ ਤੁਸੀਂ ਡਰੀ ਜਾਣ ਦੇ ਸੀ ਵੀ ਕੰਮ ਬੜਾ ਵਾ ਕੱਲੇ ਨੇ ਕਿੱਦਾਂ ਸੰਭਣਾ ਰੱਬ ਕੋਈ ਨਾ ਕੋਈ ਨਵਸੀਲਾ ਕਰ ਹੀ ਦਿੱਤਾ ਆ ਵਿੱਕੀ ਨੇ ਆਣ ਕੇ ਸਾਰੇ ਝਾੜੇ ਨਾਲ ਸੰਭਾਲਤਾ ਜੇ ਲੈ ਇਹਨੇ ਪੂਰਾ ਕੰਮ ਕੀਤਾ ਨਾਲ ਕੇ ਕੰਮ ਤਾਂ ਕੀਤਾ ਪਰਨਾ ਕਾਵਟ ਬਹੁਤ ਜ਼ਿਆਦਾ ਹੋ ਗਈ ਜੇ ਉਹ ਕੋਈ ਗੱਲ ਨਹੀਂ ਡਰਦਾ ਕਿਉਂ ਹੱਥ ਕਾਵਟ ਲਾ ਦਿੰਨੇ ਸ਼ਾਮਾਂ ਨੂੰ ਮੁਰਗਾ ਸ਼ੁਰਗਾ ਬਣਾਉਨੇ ਆ ਤੇ ਚਿੱਤ ਕਰਾਰਾ ਕਰਦੇ ਆ ਠੀਕ ਹੈ ਕਰੋ ਕਰੋ ਕਿ ਸੇਵਾ ਪਾਣੀ ਮੁੰਡੇ ਦਾ ਕੰਮ ਚ ਕੱਲ ਪਰਸੋਂ ਦਾ ਰੋਲਣ ਦੇ ਇਹਨੂੰ ਵਿਚਾਰੇ ਨੂੰ ਗੱਲ ਹੀ ਕੋਈ ਨਹੀਂ ਜੇ ਬਸ ਪੀਲਾ ਪੀਲਾ ਬਚ ਹੋਰ ਪੀ ਲੋ बड़ा काम खराब होना मेरे भरोसा कर मैं वीर जी पता लगन जना आप दसना ही गल जिगर ही करना मैं ताड़े ते तो भरोसा करदा कोई गल नहीं मैं आहो बाद च नहीं खा लेना मैं नहीं लाउणा पैग ओए इदां ना कर यार हुण दो भरा बैठे आ कल नूं पता नहीं तू व्याह हो करा लिया मुड़के कदों आउणा इत्थे हां बस लवली लवली जा छोटा जा पैग ओए आपां थकेवां ही लाउणा वा ज्यादा ही कोई खराबियां उह डिगना थोड़ी आ चल फिर जे तुसीं कहिंदे जे ते थोड़ा थकेवां ला ही लैणे आ पर पता ना लगे किसे नूं है चिंता ना कर मैं कदे गल खुलूगी ना ते बिलकुल मैं लिया कौलियां ਭਾਜੀ ਹੁਣ ਮੈਨੂੰ ਛੁੱਟੀਆਂ ਦਿਓ ਕੱਲ ਨੂੰ ਮੈਂ ਚੱਲ ਜਾਣਾ ਜੇ ਹੈ ਉਹ ਕੋਈ ਗੱਲ ਨਹੀਂ ਕੱਲ ਨੂੰ ਮੈਂ ਛੱਡ ਕੇ ਆਉਂਗਾ ਆਪਣੇ ਵੀਰ ਨੂੰ ਪਰ ਵਿੱਕੀ ਇੱਕ ਗੱਲ ਦੱਸਾਂ ਤੈਨੂੰ ਪਰ ਜੋ ਮਜ਼ਾ ਤੇਰੇ ਨਾਲ ਬਹਿ ਕੇ ਆਉਂਦਾ ਨਾ ਉਹ ਤੇਰੇ ਭਰਾ ਨਾਲ ਨਹੀਂ ਆਉਂਦਾ ਹਾਂ ਤੁਹਾਨੂੰ ਪਤਾ ਹੀ ਉਹਦਾ ਵੀ ਹਿਸਾਬ ਕਿਤਾਬ ਥੋੜਾ ਜਿਹਾ ਹੋਰ ਹਿਸਾਬ ਹੁੰਦਾ ਆ ਪਤਾ ਨਹੀਂ ਕਿਉਂ ਤੇਰੇ ਨਾਲ ਦਿਲ ਹੀ ਇਦਾਂ ਦਾ ਮਿਲਿਆ ਵਾ ਬੜਾ ਸੋਹਣ ਮਜ਼ਾ ਆ ਜਾਂਦਾ ਵਾ ਦਿਲ ਮਿਲਿਆ ਤੇ ਫਿਰ ਆਪਾਂ ਵੀ ਤੁਹਾਡੇ ਨਾਲ ਮੈਂ ਫਿਰ ਲਾ ਹੀ ਲਈਦੀ ਆ ਜੇ ਤੁਸੀਂ ਆਖੋ ਤੇ ਮੈਂ ਵੀ ਤੁਹਾਨੂੰ ਇੱਕ ਆਪਣੇ ਰਾਜ ਦੀ ਗੱਲ ਦੱਸਾਂ ਕਿਉਂ ਨਹੀਂ ਆ ਮੈਂ ਤੁਹਾਡੇ ਨਾਲ ਹੀ ਪੈਗ ਪੁਗ ਲਾ ਲੈਣਾ ਨਹੀਂ ਤੇ ਮੇਰੇ ਖੱਬੇ ਹੱਥ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਪੈਗ ਲਾਉਣਾ ਵਾ ਕਿ ਨਹੀਂ ਬੜੀ ਵਧੀਆ ਗੱਲ ਕੀਤੀ ਆ ਤੇ ਹੋਣਾ ਵੀ ਇਦਾਂ ਹੀ ਚਾਹੀਦਾ ਵਾ ਬਿਲਕੁਲ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਤੂੰ ਮੈਨੂੰ ਇਹ ਗੱਲ ਦੱਸ
ਤੈਨੂੰ ਅਸੀਂ ਆਖਿਆ ਸੀ ਵੀ ਅਗਲੇ ਦਿਨ ਆ ਜੀ, ਤੂੰ ਉੱਥੇ ਦੋ ਦਿਨ ਬੈਠਾ ਰਿਹਾ, ਗੱਲ ਕੀ ਆ? ਵੀਰ ਪਾਣੀ ਦੀ ਘੁੱਟ ਤੇ ਪੀ ਲੈਣ ਦੋ, ਆਉਂਦਿਆਂ ਮੇਰੇ ਦੁਆਲੇ ਹੋ ਗਏ ਜੇ। ਉਹ ਲਿਆਓ ਇਹਦੇ ਵਾਸਤੇ ਪਾਣੀ, ਤੇਰੇ ਦੀ ਮੈਂ ਲੰਮਾ ਗਲਾਸ। ਤੁਸੀਂ ਕਿਉਂ ਮੁੰਡੇ ਦੇ ਦੁਆਲੇ ਹੋ ਗਿਆ? ਉਹ ਕਿਹੜਾ ਬਗਾਨੇ ਥਾਂ ਗਿਆ ਸੀ, ਮੇਰੇ ਪੇਕੇ ਗਿਆ ਸੀ ਤੇ ਤੁਹਾਨੂੰ ਸਾਡਾ ਵੀ ਲੋਂਡਿਆ ਵਾ। ਲੈ ਦੱਸ ਮੈਨੂੰ ਸਾਡਾ ਕਿਹੜੀ ਗੱਲ ਹੋਣਾ ਬਈ? ਕਿ ਮੈਂ ਨੀ ਸਹੁਰੇ ਰਿਹਾ ਦੋ ਦਿਨ ਤੇ ਇਹ ਰਹਿ ਰਿਹਾ। ਉਹ ਨਹੀਂ ਸਾੜੇ ਵਾਲੀ ਤੇ ਕੋਈ ਗੱਲ ਨਹੀਂ ਆ, ਉਦਾਂ ਫਿਕਰ ਲੱਗੀ ਸੀ, ਮੈਂ ਉੱਥੇ ਜਾ ਕੇ ਬਹਿ ਹੀ ਰਿਹਾ, ਆਇਆ ਹੀ ਨਹੀਂ। ਉਹ ਵੀਰ ਉਹ ਤੇ ਆਉਣ ਹੀ ਨਹੀਂ ਦਿੰਦੇ, ਇੰਨਾ ਜ਼ੋਰ ਲਾਉਂਦੇ ਇੰਨਾ ਜ਼ੋਰ ਲਾਉਂਦੇ, ਅੱਜ ਵੀ ਧੱਕੇ ਨਾਲ ਹੀ ਆਇਆ ਮੈਂ ਉਹਨਾਂ ਕੋਲੋਂ, ਨਹੀਂ ਤੇ ਅੱਜ ਵੀ ਨਹੀਂ ਆਉਣ ਦੇਣਾ ਮੈਨੂੰ। ਇੱਕ ਦਿਨ ਰਹਿ ਲਾ, ਇੱਕ ਦਿਨ ਰਹਿ ਲਾ, ਅੱਜ ਰਹਿ ਲਾ, ਅੱਜ ਰਹਿ ਲਾ, ਇੱਦਾਂ ਕਰਦੇ ਕਰਦੇ ਆ ਤਿੰਨ ਚਾਰ ਦਿਹਾੜੀਆਂ ਲੰਘਾਤੀਆਂ। ਕੀ ਕੀਤਾ ਫਿਰ ਉੱਥੇ? ਕਰਨਾ ਕੀ ਆ, ਜਿਹੜੇ ਕੰਮ ਕਰਨ ਵਾਲੇ, ਕਣਕ ਵੱਢੀ ਸੀ ਉਹਨਾਂ ਨੇ, ਮੈਂ ਕਿਹਾ ਚੱਲ ਹੁਣ ਉਹਨਾਂ ਦੀ ਸਾਂਭ ਸੁੰਭ ਕੇ ਜਾਂਦੇ ਹਾਂ। ਮੰਡੀ ਸੁੱਟ ਕੇ ਭੜੋਲੇ ਭੜੂਲੇ ਭਰਾ ਗਿਆ ਸਾਰਾ ਕੰਮ। ਸੇਵਾ ਪਾਣੀ ਤਾਂ ਪੁੱਛੋ ਹੀ ਕਰਨਾ ਵੀ ਕਿੰਨੀ ਕੁ ਕੀਤੀ, ਪਤਾ ਤਾਂ ਹੈਗਾ ਹੀ ਆ ਤੁਹਾਨੂੰ, ਸੇਵਾ ਵਿੱਚ ਕੋਈ ਕਮੀ ਰਹਿਣ ਦਿੰਦੇ ਆ? ਮੈਂ ਆਖਿਆ ਸੀ ਨਾ ਦੇਸੀ ਮੁਰਗੇ ਵੱਢਣੇ ਆ ਇਹਨਾਂ ਨੇ। ਮੈਂ ਕੋਈ ਹਾਲ ਨੀ ਆ ਮਾਮਲਾ ਦਾ। ਚੱਲ ਕੋਈ ਨੀ, ਜਿੱਥੇ ਫਿਰ ਕੋਈ ਜਿੱਤ ਕਰੇ ਉੱਥੇ ਫਿਰ ਜੀ ਕਰਦਾ ਹੀ ਆ ਵੀ ਰਹਿ ਲਈਏ। ਠੀਕ ਆ ਠੀਕ ਆ, ਉਦਾਂ ਇਹ ਗੱਲ ਮੰਨਣ ਵਾਲੀ ਆ, ਭਾਵੇਂ ਗੁੱਸਾ ਕਰੀ ਭਾਵੇਂ ਨਾ। ਮੰਮੀ ਤੈਨੂੰ ਪਿਆਰ ਜ਼ਿਆਦਾ ਹੀ ਕਰਦੀ ਆ। ਨਹੀਂ ਪਿਆਰ ਦੀ ਗੱਲ ਜੀ, ਅਗਲਾ ਖਿੱਚ ਕੀਤੀ ਤੇ ਤਾਂ ਹੀ ਅਗਲਾ ਰਿਹਾ ਆ। ਛੋਟਾ ਆ ਨਾ ਲਾਡ ਲਾ ਜੂ ਨਾ, ਫੇਰ ਕੀ ਹੋਇਆ ਜਾੜੀ ਲੈ ਲਿਆ ਤੇ ਕੋਈ ਗੱਲ ਨਹੀਂ। ਚਲ ਕੋਈ ਨਹੀਂ, ਉਹ ਕਿੱਥੇ ਭੱਜ ਗਿਆ ਈ? ਉਹ ਭੈਣ ਭਰਾ ਇਸੇ ਕੰਮ ਹੁੰਦੇ ਆ। ਲੈ ਉਹ ਆਉਂਦੇ ਭੱਜ ਗਿਆ ਈ, ਚਲ ਮੈਂ ਮਿਲ ਕੇ ਆਵਾਂ ਇਹਨੂੰ। ਉਹ ਵੀਰ ਸਾਰਿਆਂ ਜਾਣਿਆਂ ਨੂੰ ਇਕੱਠਿਆਂ ਬਿਠਾ ਲਿਆ, ਕੀ ਗੱਲ? ਕੋਈ ਜ਼ਰੂਰੀ ਗੱਲ ਕਰਨੀ ਆ? ਓਏ ਆਹੋ ਜ਼ਰੂਰੀ ਗੱਲ ਵਾ, ਉਹ ਮੈਂ ਤਾਂ ਚੱਲ ਜਾਣਾ ਵਾਂ, ਮਗਰ ਉਹ ਸਾਰੀ ਜ਼ਿੰਮੇਵਾਰੀ ਤਾਂ ਤੇਰੇ ਉੱਤੇ ਆ ਜਾਣੀ ਆ। ਚੱਲ ਜਾਣਾ ਆ? ਕਿੱਥੇ ਚੱਲ ਜਾਣਾ? ਉਹ ਭਰਾਵਾ ਇਹਨਾਂ ਨੂੰ ਸਾਰਾ ਕੁਝ ਪਤਾ ਵਾ, ਤੂੰ ਹੀ ਰਹਿ ਗਿਆ ਸੀ ਦੱਸਣ ਵਾਲਾ। ਮੈਂ ਕਿਹਾ ਚੱਲ ਤੈਨੂੰ ਵੀ ਦੱਸ ਦਿੰਦਾ ਵਾਂ, ਮੈਨੂੰ ਕੰਮ ਮਿਲ ਗਿਆ ਵਾ ਹਰਿਆਣੇ ਗੜਗਾਉਂ ਫੈਕਟਰੀ ਦੇ ਵਿੱਚ। ਅੱਛਾ ਆਹੋ, ਚੱਲ ਫੇਰ ਬੜੀ ਵਧੀਆ ਗੱਲ ਆ, ਤਨਖਾਹ ਵੀ ਵਧੀਆ ਵਾ ਤੇ ਰਹਿਣਾ ਸਹਿਣਾ ਵੀ ਕੰਪਨੀ ਦਾ ਹੀ ਆ, ਬਸ ਖਾਣਾ ਆਪਣਾ ਵਾ। ਤੇ ਮੈਂ ਕਿਹਾ ਕਿ ਚਲੋ ਜਾਂਦੇ ਹਾਂ ਆਪਾਂ ਕੰਮ ਦੇ ਉੱਤੇ, ਤੇ ਤੂੰ ਹੁਣ ਇੱਦਾਂ ਕਰਨਾ ਵਾ ਕਿ ਮਗਰੋਂ ਸਾਰਿਆਂ ਦਾ ਧਿਆਨ ਰੱਖਣਾ ਵਾ ਤੇ ਕੰਮ ਕਾਰ ਵੀ ਵੇਖਣਾ ਵਾ, ਸਾਰਾ ਘਰ ਬਾਰ ਹੁਣ ਤੇਰੇ ਸਿਰ ਦੇ ਉੱਤੇ ਆ। ਮੈਂ ਤਾਂ ਕਹਿੰਦਾ ਵੀਰ ਮੈਂ ਵੀ ਨਾਲ ਚੱਲਦਾ, ਦੋਵੇਂ ਭਰਾ ਇਕੱਠੇ ਕਮਾਈ ਕਰਾਂਗੇ ਬਾਹਰ। ਗੱਲ ਤੇ ਤੇਰੀ ਸਹੀ ਆ, ਦੋਵੇਂ ਭਰਾ ਕਮਾਈ ਕਰਾਂਗੇ ਤੇ ਘਰ ਦਾ ਹੀ ਕੁਝ ਨਾ ਕੁਝ ਤੇ ਬਣਾ ਸਕਦੇ ਆ, ਪਰ ਮੇਰੇ ਹਿਸਾਬ ਨਾਲ ਤੈਨੂੰ ਨਹੀਂ ਜਾਣਾ ਚਾਹੀਦਾ। ਕਿਉਂ, ਕੀ ਗੱਲ? ਵੇਖੋ ਮੰਮੀ, ਅਜੇ ਇਹਦੀ ਭਰਤੀਆਂ ਭੁਰਤੀਆਂ ਵੇਖਣ ਦੀ ਉਮਰ ਵਾ, ਟਾਈਮ ਹੈਗਾ ਵਾ, ਤੂੰ ਆਪਣੀਆਂ ਭਰਤੀਆਂ ਭੁਰਤੀਆਂ ਵੇਖ, ਮੁੜ ਕੇ ਜਦੋਂ ਉਮਰ ਲੰਘੀ ਉਹ ਫੇਰ ਤੇ ਅਸੀਂ ਧੱਕੇ ਖਾਣੇ ਆ ਇਹਨਾਂ ਫੈਕਟਰੀਆਂ ਦੇ ਵਿੱਚ, ਤੂੰ ਵੀ ਮੇਰੇ ਵਾਂਗੂ, ਕੀ ਪਤਾ ਜ਼ਿੰਦਗੀ ਨੇ ਇਹਨੂੰ ਕਿੱਥੇ ਲੈ ਜਾਣਾ। ਪਰ ਕਮ ਸੇ ਕਮ ਇਹ ਤਾਂ ਨਾ ਮਨ ਦੇ ਵਿੱਚ ਰਹੂਗਾ ਕਿ ਬਈ ਮੈਂ ਕੋਸ਼ਿਸ਼ ਨਹੀਂ ਕਰਕੇ ਵੇਖੀ, ਤੂੰ ਆਪਣੀਆਂ ਪਹਿਲਾਂ ਭਰਤੀਆਂ ਵੇਖ, ਉਹ ਤੋਂ ਬਾਅਦ ਵਿੱਚ ਫਿਰ ਵੇਖਾਂਗੇ ਜੇ ਤੇ ਗੱਲ ਨਾ ਬਣੂਗੀ ਤੇ। ਆਹੋ ਤੇਰੇ ਕੋਲ ਤੇ ਹਲੇ ਟਾਈਮ ਹੈਗਾ, ਇਹਨਾਂ ਦੀ ਤੇ ਉਮਰ ਲੰਘੀ ਆ, ਐਦਾਂ ਕਰ ਲੈਂਦੇ ਫਿਰ। ਆਹ ਚਲੋ, ਜੇ ਇਹਨੂੰ ਨਹੀਂ ਨਾਲ ਖੜਨਾ ਤੇ ਮੈਨੂੰ ਹੀ ਲੈ ਜਾਓ, ਮੈਂ ਤੁਹਾਡੀ ਰੋਟੀ ਰੋਟੀ ਪਕਾ ਦਿਆ ਕਰੂੰਗੀ ਉੱਥੇ। ਨਿਰਮਾਨ ਨਾ ਕਰ ਲਿਆ ਚੁੱਪ ਕਰਕੇ, ਮੈਂ ਤੇ ਤੈਨੂੰ ਕਦੇ ਵੀ ਨਹੀਂ ਘਲਾਉਂਦੀ, ਤੈਨੂੰ ਪਤਾ ਮੇਰਾ ਜੀ ਲੱਗਦਾ ਤੇਰੇ ਤੋਂ ਬਗੈਰ, ਮੈਂ ਤਾਂ ਘੜੀ ਨਹੀਂ ਤੇਰੇ ਤੋਂ ਬਿਨਾਂ ਕੱਢ ਸਕਦੀ। ਲੈ ਤੇਰਾ ਤਾਂ ਜਾਣ ਤੋਂ ਪਹਿਲਾਂ ਪਤਾ ਕੱਢ ਦਿੱਤਾ ਮੰਮੀ ਨੇ। ਮੈਂ ਵੀ ਪਖੋਰੀ ਕਰਨ ਦੀ ਆ ਮੰਮੀ, ਮੇਰੇ ਕੋਲ ਕਿੱਥੇ ਜਾਇਆ ਜਾਣਾ ਹੁਣ, ਗਾਂ ਸੁੱਖ ਨਾ ਕਰਨ ਨੂੰ ਸਕੂਲ ਪਾ ਦੇਣਾ ਆਪਾਂ, ਤੇ ਦੂਜੀ ਵੀ ਛੋਟੀ ਆ, ਨਿਆਣੇ ਬਗੈਰ ਥੋੜੀ ਕਿ ਤਰ੍ਹਾਂ ਹੋਣਾ। ਨਹੀਂ ਕੋਈ ਨੀ ਜਾ, ਚਲੋ ਗੱਡੀ ਗੁੱਡੀ ਲੈ ਲਾਂਗੇ ਫਿਰ, ਹਨਾ ਚਾਰ ਜੀ ਚੱਲ ਜਾ ਕਰਾਂਗੇ ਬੈਠ ਕੇ, ਉਹ ਸਾਰਾ ਕੁਛ ਹੀ ਲਵਾਂਗੇ, ਬਸ ਪਿਆਰ ਬਣਾਈ ਰੱਖੋ। ਜਿੱਦਾਂ ਹੀ ਆ ਘਰ ਬਣਾ ਲਿਆ ਨਾ, ਇੱਦਾਂ ਹੀ ਅਸੀਂ ਗੱਡੀ ਲੈ ਲੈਣੀ ਆ, ਬਾਕੀ ਰੱਬ ਬਹਾਨੇ ਬਣਾਉਂਦਾ, ਹੁਣ ਪੰਡ ਤੇ ਸੁੱਟ ਨਹੀਂ ਦੇਣੀ ਰੱਬ ਨੇ। ਇਹ ਤਾਂ ਜੀ ਆਹੋ, ਹੁਣ ਵੇਖਾਂ ਵਿੱਕੀ ਦਾ ਵੀ ਜਦੋਂ ਆਪਾਂ ਵੇਖੂ ਖਾਵਾ ਕਰਨਾ, ਤੇ ਆਪਣੀ ਗੱਡੀ ਹੋਵੇ ਬੰਦਾ ਜਾਂਦਾ ਸੋਹਣਾ ਲੱਗਦਾ, ਦੂਜਿਆਂ ਨੇ ਗੱਡੀਆਂ 'ਚ ਬਹਿ ਕੇ ਜਾਣਾ ਤੇ ਫਿਰ ਓਦਾਂ ਦਾ ਹੀ ਹੁੰਦਾ ਨਾ ਹਨਾ। ਚੱਲ ਕੋਈ ਨੀ ਪੁੱਤ, ਕਮਾਈ ਹੋਵੇਗੀ ਤੇ ਗੱਡੀ ਵੀ ਲਈ ਜਾਣੀ, ਸਾਰੇ ਕੰਮ ਹੋ ਜਾਣੇ। ਹੋਰ ਆਹੋ ਪਹਿਲਾਂ ਇਹਦਾ ਵਿਆਹ ਕਰ ਲਈਏ ਬਸ। ਚਲੋ ਨਾਲੇ ਕਰਿਓ ਤੁਸੀਂ ਭਾਜੀ ਹੋਣਾ ਨਾਲ ਗੱਲਬਾਤ ਕਰੋ ਸਾਰੀ, ਵੀ ਕੀ ਹਿਸਾਬ ਕਿਤਾਬ ਵਾ,
ਤੇ ਮੁੜ ਕੇ ਫਿਰ ਉਸ ਹਿਸਾਬ ਦੇ ਨਾਲ ਫਿਰ ਮੈਂ ਵੀ ਆ ਜਾਗਾ ਜਿੱਥੇ ਵੇਖ ਵਾਲਾ ਕਰਨਾ ਹੋਗਾ ਤੇ ਕੀ ਜਾਣਿਆ ਵੀ 2 ਮਹੀਨੇ ਆਹੋ ਹਨਾ ਹਾਂ ਉਹ ਗੱਲ ਪਤਾ ਚੱਲਦਾ ਇਹਨਾਂ ਟਾਈਮ ਤੇ ਨਿਕਲ ਜਾਣਾ ਵਾ ਨਹੀਂ ਇਹਨਾਂ ਟਾਈਮ ਤੇ ਨਿਕਲ ਜਾਣਾ ਆ ਚੱਲ ਕੋਈ ਨਹੀਂ ਪਹਿਲਾਂ ਆਪਾਂ ਆਪਣੇ ਘਰ ਦਾ ਵੇਖੀਏ ਵਿਆਹ ਦਾ ਵੀ ਵੇਖਿਆ ਜਾਊਗਾ ਤੇ ਹੋਰ ਕੀ ਤੂੰ ਤਗੜਾ ਹੋ ਕੇ ਤੇ ਕਮਾਈ ਕਰ ਮੇਰਾ ਪੁੱਤ ਠੀਕ ਆ ਮੈਨੂੰ ਬਾਅਦ ਤੂੰ ਵੀਰ ਕਮਾਈ ਕਰ ਕਰਕੇ ਨੋਟ ਕਲਾਈ ਜਾਈ ਵੇਖੀ ਤੂੰ ਇਧਰ ਮੈਂ ਸਾਰੇ ਕਰਜ਼ੇ ਲਾਹ ਦੇਣੇ ਤੇਰੇ ਹੁੰਦਿਆਂ ਨੂੰ ਉਹ ਮੈਂ ਇੱਥੇ ਕਮਾਈ ਜਾਣੇ ਆ ਬਸ ਹੋਰ ਬਿਲਕੁਲ ਇਹੋ ਤੇ ਮੈਂ ਚਾਹੁੰਨਾ ਹਾਂ ਤੂੰ ਇੱਥੇ ਤਗੜਾ ਕੇ ਕਮਾਈ ਕਰ ਤੇ ਉਹ ਕੰਮ ਤੇ ਜਿੱਥੇ ਚੱਲਿਆ ਉੱਥੇ ਜਾ ਕੇ ਕਮਾਈ ਕਰੇ ਸਾਰੇ ਕੰਮ ਵਧੀਆ ਹੋ ਜਾਣੇ ਆ ਹੋਰ मेनू पता ना तेरी आदत दा पैसे कमाई जाने ते आखना घर नूं ही कलाई जावां ते ढिड च कुछ नहीं पाउणा कोई नहीं तुसीं फिकर ना करो उत्थे ते तुसीं कल्ले होणा वा इत्थे ते अहीं दोवें जणियां मगर मगर तुहाडे चीजां लैके फिरदियां रहिंदियां ने खा लो टाइम ना खा लो हुण ते सगों इहनां ने कल्ले होणा ਧਿਆਨ ਦੇ ਲਿਆ ਕਰੋ ਜਿਹੜੀ ਮੰਮੀ ਨੇ ਗੱਲ ਕਹੀ ਹੈ ਨਾ ਚੇਤੇ ਰੱਖਣੀ ਆ ਉਹ ਠੀਕ ਆ ਜਨਾਬ ਫਿਕਰ ਨਾ ਕਰੋ ਤੇ ਫੇਰ ਹੀ ਸਿਹਤ ਕਾਇਮ ਰਹਿਣੀ ਫੇਰ ਹੀ ਕੰਮ ਕੀਤਾ ਜਾਣਾ ਹੁਣ ਮੈਨੂੰ ਜਾਣ ਦੋਗੇ ਕਿ ਨਹੀਂ ਜਿਹੜੇ ਹਿਸਾਬ ਨਾਲ ਇਹਨੂੰ ਖਾਣ ਪੀਣ ਵੱਲੋਂ ਕਹਿਣ ਦੀ ਆ ਮੇਰੇ ਹਿਸਾਬ ਨਾਲ ਵੀਰ ਤੇਰੀ ਤਨਖਾਹ ਖਾਣ ਪੀਣ ਤੇ ਲੱਗ ਜਾ ਕਰਨੀ ਆ ਸਹੀ ਗੱਲ ਆ ਫਿਰ ਇਹਨੂੰ ਵੀ ਕਿੱਡੇ ਮਜ਼ਾਕ ਆਉਂਦੇ ਆ ਤਾਂ ਬਹੁਤਾ ਵੀ ਖਾ ਕੇ ਗੁੱਗੜ ਨਾ ਵਧਾ ਗਿਆ ਜੀ ਬਾਅਦ ਜਿੱਥੇ ਕਈ ਵੀ ਫੇਰਨੀ ਪੈਣੀ ਕਿਸੇ ਵੇਲੇ ਲੈ ਅਜੇ ਮੇਰੇ ਕੋ ਕਈਆਂ ਫਰਾ ਹੈ ਆਹੋ ਨਹੀਂ ਖਾਣਾ ਪੀਣਾ ਵੀ ਜ਼ਰੂਰੀ ਆ ਉਹ ਚੱਲ ਆ ਜਾ ਵੀਰ ਲੇਟ ਹੋ ਗਿਆ ਤੁਹਾਨੂੰ ਪਤਾ ਨਾ ਇਹਦੀ ਆਦਤ ਦਾ चल चंगा हाँ चल ठीक है ताई समझाउन रहे हैं चंगा भी दीपक है जाके फोन कर दियो हाँ ठीक है चल भाई अगे तो पढ़ो ਮੰਮੀ ਘਲਾ ਤੇ ਦਿੱਤਾ ਆ ਪਰ ਜੀ ਜਿਹਾ ਨਹੀਂ ਲੱਗਣਾ ਵਾਵਾ ਇਕੱਠੇ ਦਿੰਦੇ ਹੁੰਦੇ ਹਾਂ ਰੌਣਕ ਮੇਲਾ ਹੱਸਦੇ ਖੇਡਦੇ ਰਹੀਦਾ ਸੀ ਐਂ ਲੱਗਣ ਡਿਆ ਜਿੱਦਾਂ ਸਾਰੀ ਰੌਣਕ ਹੀ ਚੱਲ ਗਈ ਹੁੰਦੀ ਘਰੋਂ ਚੱਲ ਸੰਦੀਪ ਕੋਈ ਗੱਲ ਨਹੀਂ ਹੁਣ ਘਰ ਬੈਠਿਆ ਵੀ ਤੈਨੂੰ ਪਤਾ ਕਿਹੜਾ ਸਰਦਾ ਆ ਕਮਾਈ ਤੇ ਕੀਤੇ ਗੱਲ ਬਣਦੀ ਆ ਗੀਤ ਗੀਤ ਪਤਾ ਲਾਉਣਾ ਹੀ ਪੈਣਾ ਆ ਤੁਹਾਨੂੰ ਪਤਾ ਮੰਮੀ ਆਪਾਂ ਤੇ ਕਦੀ ਇਕੱਲੇ ਰਹੇ ਨਹੀਂ ਇਦਾਂ ਸੰਦੀਪ ਢਿੱਡਾਂ ਬਦਲੇ ਪੁੱਤਾਂ ਨੂੰ ਘਰੋਂ ਕੱਢਣਾ ਪੈਂਦਾ ਆ ਉਹਦਾ ਕਿਹਦਾ ਜੀ ਕਰਦਾ ਵੀ ਪੁੱਤ ਘਰੋਂ ਕੱਢੀਏ ਅਸੀਂ ਦੇਸੋ ਪਰਦੇਸ ਜੀ ਕਰਦਾ ਘਲਾਉਣ ਨੂੰ ਇੱਕ ਘੜੀ ਨਹੀਂ ਲੰਘਦੀ ਕਿਤੇ ਨਿਆਣਿਆਂ ਤੋਂ ਬਗੈਰ ਨਹੀਂ ਕਿਹਦਾ ਜੀ ਕਰਦਾ ਆ ਕਿ ਦੋਵੇਂ ਜੀ ਵੱਖ ਵੱਖ ਰਹਿਣ ਹੁਣ ਮਜਬੂਰੀਆਂ ਘਰਾਂ ਦੀਆਂ ਇੱਦਾਂ ਆ ਇੱਥੇ ਵੀ ਕਾਰੋਬਾਰ ਨਾਲ ਨਹੀਂ ਸਰਦਾ ਥੋੜ੍ਹੇ ਨਾਲੇ ਕਿਹਦਾ ਜੀ ਕਰਦਾ ਵੀ ਮੈਂ ਨਿਆਣੇ ਛੱਡ ਕੇ ਤੇ ਜਾਵਾਂ ਚੱਲ ਕੋਈ ਗੱਲ ਨਹੀਂ ਜੇ ਤੁਹਾਡਾ ਨਾ ਨਾ ਜੀ ਲੱਗੇਗਾ ਤਾਂ ਕਿਹੜਾ ਉਹ ਦੂਰ ਗਿਆ ਵਾ ਇੱਥੇ ਕੰਪਨੀ ਜੀ ਆ ਜਦੋਂ ਜੀ ਕਰੇਗਾ ਅਸੀਂ ਉਹਨੂੰ ਫੋਨ ਕਰਾਂਗੇ ਵੀ ਤੂੰ ਕਵਲਾ ਆ ਜਾ ਨਾਲੇ ਨਿਆਣਿਆਂ ਨੂੰ ਮਿਲ ਲੂ ਤੇ ਨਾਲੇ ਚਲੋ ਘਰ 'ਚ ਰੌਣਕ ਫੇਰ ਲੱਗ ਜੂਗੀ ਉਹ ਵੀ ਤਾਂ ਹੈਗੇ ਆ ਜਿਹੜੇ ਪ੍ਰਦੇਸਾਂ 'ਚ ਗਏ ਆ ਕਿੰਨੇ ਕਿੰਨੇ ਚਿਰਾਂ ਪਿੱਛੋਂ ਆਉਂਦੇ ਆ ਉਹ ਵੀ ਤਾਂ ਮਗਰੋਂ ਘਰ ਦੀਆਂ ਟਾਈਮ ਪਾਸ ਕਰਨੀ ਰਹੀਆਂ ਆ ਹਾਂਜੀ ਮੰਮੀ ਗੱਲ ਤਾਂ ਤੁਹਾਡੀ ਸਹੀ ਆ ਪਰ ਇਹ ਗਏ ਹੁਣ ਐਰਕੀ ਪਹਿਲੀ ਆ ਰਹੀ ਆ ਘਰੋਂ ਬਾਹਰ ਤਾਂ ਕਰਕੇ ਮਨ ਨੂੰ ਹੋਰ ਤਰ੍ਹਾਂ ਹੋਣ ਡਿਆ ਬਾਕੀ ਕੋਈ ਨਹੀਂ ਆ ਤੁਸੀਂ ਸਾਰੇ ਜਾਣੇ ਇੱਥੇ ਜੇ ਇੱਦਾਂ ਟਾਈਮ ਪਾਸ ਹੋ ਜਾ ਕਰਨਾ ਹੱਸ ਖੇਡ ਕੇ ਕੰਮ ਕਰ ਦੇ ਵਿੱਚ ਗੱਲ ਤੇ ਇਹੋ ਹੀ ਆ ਕਿ ਉਹ ਘਰੋਂ ਪਹਿਲੀ ਵਾਰੀ ਗਿਆ ਤਾਂ ਹੀ ਤੈਨੂੰ ਜ਼ਿਆਦਾ ਮਹਿਸੂਸ ਹੋਣ ਡਿਆ ਚੱਲ ਕੋਈ ਗੱਲ ਨਹੀਂ ਚੱਲ ਫਿਰ ਕਰ ਲਾਂ ਕੰਮ ਮੈਂ ਕਰ ਲਾ ਸੰਦੀਪ ਹਾਂਜੀ ਮੰਮੀ ਸੌਂਗੀ ਹਾਂਜੀ ਸਵਾਲਤਾ ਉਹਨੂੰ ਮੈਂ ਆ ਇਹਦੇ ਵੱਲ ਵੇਖ ਇਹ ਕੀ ਡਿਆ ਹੀ ਕਰਨ ਇਹ ਤੇ ਕਿਤੇ ਸੌਣ ਦਾ ਨਾਮ ਨਹੀਂ ਲੈਂਦਾ ਚੱਲ ਆ ਤੈਨੂੰ ਹੁਣ ਸਵਾਰਾਂ ਬਣਾਵਾਂ ਤੇ ਚੱਲ ਸਵਾਰਾਂ ਉੱਠ ਥਾ
ਨੀਂਦ ਨਹੀਂ ਆਉਂਦੀ ਇਹਨੂੰ ਕਿੱਡੇ ਹੈਗੇ ਨੂੰ ਤੇਰਾ ਮੂੰਹ ਮਾ ਧੋ ਤੇ ਇਹਨੂੰ ਵੀ ਨਾ ਲਾ ਲਾ ਚੜਾਈ ਕਰੀਏ ਨਹੀਂ ਨਹੀਂ ਆ ਲਓ ਲੈ ਫੜ ਹਲੇ ਨਹੀਂ ਇਹਨੇ ਸੋਣਾ ਆਹ ਮੇਰਾ ਕਿੱਦਾਂ ਕੱਪੜੇ ਖਰਾਬ ਹੋਏ ਆ ਤੇਰੇ ਇੱਧਰ ਸੋ ਜਾਣਾ ਆ ਨਹੀਂ ਹਲੇ ਇਹਨੇ ਸੋਣਾ ਹੀ ਨਹੀਂ ਆ ਕੋਈ ਨਹੀਂ ਕਰਾ ਲੈਨੇ ਮੈਂ ਜਾ ਸੋ ਜਾ ਚੁੱਪ ਕਰਕੇ ਜਾ ਕੇ ਫੜਾ ਸੰਦੀਪ ਸਵਾ ਰਿਹਾ ਇਹਨੂੰ ਕੋਈ ਨਹੀਂ ਮੰਮੀ ਸਵਾ ਦੇਣੀ ਹੈ ਸੰਦੀਪ ਹਾਂਜੀ ਤੂੰ ਵੀ ਸਵੇਰੇ ਜਾ ਕੇ ਨਾ ਤੇ ਆਪਣੇ ਕੱਪੜੇ ਕੁਪੜੇ ਲੈ ਆ ਮੌਕਾ ਤੇ ਮੌਕਾ ਨਹੀਂ ਮੁੜ ਕੇ ਸੀਪਦੇ ਹੁੰਦੇ ਫਿਰ ਤੂੰ ਆਖਣਾ ਮੇਰਾ ਕੋਈ ਕੱਪੜਾ ਸੀਪਿਆ ਹੀ ਨਹੀਂ ਸਹੀ ਹੈ ਮੰਮੀ ਸਵੇਰੇ ਜਾ ਕੇ ਬਣਾ ਲੈਣੀ ਹੈ ਬਣਾ ਲਿਆ ਤੇ ਤੂੰ ਦੱਸ ਵੇ ਕਵਲ ਨੂੰ ਫੋਨ ਕੀਤਾ ਕਿ ਨਹੀਂ ਕੀਤਾ ਉਹ ਨਹੀਂ ਮੰਮੀ ਅਜੇ ਨਹੀਂ ਦੱਸਿਆ ਵੇ ਸਵੇਰ ਦੀ ਮੈਂ ਤੇਰੇ ਦਿਵਾਲੇ ਹੋਈ ਆ ਵੀ ਕਵਲ ਨੂੰ ਫੋਨ ਲਾ ਕਵਲ ਨੂੰ ਫੋਨ ਲਾ ਪਰ ਤੇਰੇ ਕਾਂਤੇ ਜੂ ਨਹੀਂ ਸਰਕਦੀ ਉਹ ਮੰਮੀ ਤੁਹਾਨੂੰ ਚੰਗਾ ਭਲਾ ਪਤਾ ਵੀ ਹੈਗਾ ਅੰਦਰ ਨਹੀਂ ਖੜਨ ਦਿੰਦੇ ਵੀਰ ਨੂੰ ਫੋਨ ਕੰਪਨੀ ਦੇ ਵਿੱਚ ਹੁਣੇ ਆਇਆ ਹੋਣਾ ਉਹ ਕੰਮ ਤੋਂ ਹੁਣ ਲਾ ਦਿੰਦਾ ਵਾ ਗੱਲ ਤੇ ਸਾਰੀ ਤੁਹਾਡੇ ਸਿਰ ਤੇ ਛੱਡੀ ਆ ਵੀ ਤੁਸੀਂ ਦੱਸ ਦਿਓ ਜ਼ਿੰਮੇਵਾਰੀ ਦੇ ਨਾਲ ਉਹਨੂੰ ਉਹ ਦੱਸ ਦਿੰਦਾ ਹੁਣ ਕੀ ਹੋਇਆ ਵਾ ਤੋ ਫੋਨ ਵੀ ਤੁਸੀਂ ਆਪਣੇ ਰੱਖ ਛੱਡਦੇ ਆ ਅੱਜ ਦਾ ਤੇ ਗੱਲ ਵੀ ਨਹੀਂ ਹੁੰਦੀ ਹੈਲੋ ਸਤਿ ਸ਼੍ਰੀ ਅਕਾਲ ਵੀਰ ਚੱਲ ਆਪ ਤੇ ਗੁਣਵਾਲ ਆ ਗਿਆ ਹੋਰ ਕੀ ਹਾਲ ਚਾਲ ਆ ਬਸ ਅਸੀਂ ਵੀ ਠੀਕ ਠਾਕ ਆ ਸਾਰੇ ਤੇ ਉਹ 18 ਤਰੀਕ ਦਾ ਰੱਖਿਆ ਪ੍ਰੋਗਰਾਮ ਹਾਂਜੀ ਪਹੁੰਚ ਜਾਓ ਹੁਣ ਟਾਈਮ ਨਾਲ ਗੱਲ ਕਰ ਲਓ ਪਹਿਲਾਂ ਛੁੱਟੀ ਦੀ ਆਹੋ ਤਾਂ ਹੀ ਤਾਂ ਪਹਿਲਾਂ ਡਿਆ ਦੱਸਣ ਚੱਲ ਠੀਕ ਆ ਫਿਰ ਨਹਾ ਧੋ ਲਓ ਮੈਂ ਬਾਅਦ ਦੱਸਦਾ ਤੁਹਾਨੂੰ ਅੱਗੇ ਮੰਮੀ ਦਿਵਾਲੇ ਹੋਣ ਡੇ ਚਲੋ ਠੀਕ ਆ ਫਿਰ ਹੈ ਲਓ ਵੀਰ ਕਹਿੰਦਾ ਫਿਰ ਮੈਂ ਕੱਲ੍ਹ ਨੂੰ ਗੱਲ ਕਰਕੇ ਪਹੁੰਚ ਜੂੰਗਾ ਟਾਈਮ ਨਾਲ ਤੁਸੀਂ ਫਿਕਰ ਨਾ ਕਰੋ ਤਾਂ ਜੇ ਮੈਂ ਆਖਣ ਡਈ ਆ ਵੀ ਟਾਈਮ ਨਾਲ ਦੱਸਿਆਗਾ ਤਾਂ ਫਿਰ ਹੀ ਉਹ ਆਉਣ ਵਾਲਾ ਹੋਏਗਾ ਅਗਲੇ ਦਿਨ ਛੁੱਟੀ ਨੂੰ ਉੱਥੋਂ ਲੈਣੀ ਹੁੰਦੀ ਆ ਦੱਸਤਾ ਵਾ ਹੁਣ ਹੋਰ ਕਿੰਨਾ ਕੁ ਟਾਈਮ ਨਾਲ ਦੱਸਣਾ ਹੈ ਚੱਲ ਵਧੀਆ ਹੋ ਜਾਣਾ ਦੱਸਤਾ ਦੀ ਆਹੋ ਲਿਆਓ ਕਿੱਥੇ ਰੋਟੀ ਰਾਟੀ ਲਓ ਫਿਰ ਖਾਈਏ ਚੱਲ ਲੈਣੀ ਆ ਮੈਂ ਤੁਹਾਡਾ ਹੁਣ ਗੱਲ ਕਰਨ ਲੱਗੀ ਹਾਂ ਅਤੇ ਗੁੱਸਾ ਨਾ ਕਰਿਓ ਜੇ ਹੁਣ ਮੁੰਡਾ ਪਸੰਦ ਆ ਜਾਊਗਾ ਨਾ ਤਾਂ ਲੱਗਦੇ ਹੱਥ ਵਿਆਹ ਕਰ ਦਿਓ ਕਿੰਨਾ ਕੁ ਚਿਰ ਅਸੀਂ ਕਿਰਾਇਆ 'ਤੇ ਬਾਹਰ ਰਹਿਣਾ ਨਾਲੇ ਇਹ ਵਿਆਹੀ ਜਾਊਗੀ ਨਾ ਆਪਾਂ ਵੀ ਆਪਣੇ ਘਰ ਬਹਿਣ ਵਾਲੇ ਹੋਵਾਂਗੇ ਚੱਲ ਮੰਨਿਆ ਕਿ ਤੁਹਾਡੀ ਦੋਵਾਂ ਜਣੇ ਦੀ ਨਹੀਂ ਬਣਦੀ ਪਰ ਫਿਰ ਵੀ ਮੁੰਡਾ ਵੇਖ ਕੇ ਘੁਸਾਤਾ ਲਾ ਕੇ ਐਡਾ ਥੋੜ੍ਹੀ ਉਹਨੂੰ ਬਾਹੂ ਬਣ ਕੇ ਤੋਰ ਦੇਣਾ ਉਹ ਨਾਲੇ ਤੂੰ ਕਿਹੜੀ ਘੱਟ ਆ ਤੂੰ ਕਿਹੜੀ ਕਿਸੇ ਦੀ ਗੱਲ ਚੱਲਦੀ ਆ ਉਹ ਮੈਂ ਤਾਂ ਤੁਹਾਡੇ ਕਲੇਸ਼ ਤੋਂ ਡਰਦਾ ਹੀ ਕਿਰਾਏ 'ਤੇ ਬੈਠਾ ਤੁਹਾਨੂੰ ਤਾਂ ਹਰ ਵੇਲੇ ਮੈਂ ਹੀ ਮਾੜੀ ਲੱਗਦੀ ਹਾਂ ਤੁਸੀਂ ਆਪਣੀ ਭੈਣਾਂ ਦਾ ਕਸੂਰ ਨਾ ਕੱਢਿਓ ਜੇ ਮੈਂ ਬੋਲਦੀ ਤੇ ਉਹ ਬੜੀ ਘੱਟ ਆ ਉਹਦੇ 4 ਰੱਤੀਆਂ ਵੱਧ ਆ ਮੇਰੇ ਤੋਂ ਨਾਲੇ ਜਦ ਉਹ ਨਹੀਂ ਬੋਲਣ ਲੱਗਿਆ ਅੱਗਾ ਪਿਛਾ ਵੇਂਦੀ ਤੇ ਮੈਂ ਕਿਉਂ ਸੁਣਾ ਕਿਸੇ ਦੀ ਉਹ ਬਾਬਾ ਘਰ ਖੁਸ਼ੀ ਖੁਸ਼ੀ ਦਾ ਪ੍ਰੋਗਰਾਮ ਹੋਣ ਲੱਗਾ ਕਿਤੇ ਆਪਣੀ ਕਲਾ ਪਾ ਕੇ ਨਾ ਬਹਿ ਜੀ ਹਾਈਡਨ ਲੈਕਚਰ ਨਾ ਬੰਦ ਕਰ ਦੇ ਆਪਣੇ ਜੇ ਕਿਤੇ ਉਹਨੇ ਸੁਣ ਲਿਆ ਨਾ ਤੇ ਹੁਣੇ ਉਹਨੇ ਆ ਕੇ ਲਾਲਾ ਲਾ ਕਰ ਦੇਣੀ ਤੇ ਉਹਨੇ ਜਿਹੜੇ ਤੂੰ ਕੱਪੜੇ ਲਬਾਰੀ 'ਚ ਰੱਖੇ ਨਾ ਉਹਨੇ ਹੁਣੇ ਪਾ ਕੇ ਤੋੜ ਦੇਣਾ ਘਰ ਨੂੰ ਹਾਂ ਹਾਂ ਡਰੀ ਜਾਓ ਪਤਾ ਤੇ ਉਦੋਂ ਲੱਗਣਾ ਜਦੋਂ ਬਗਾਨੇ ਘਰ ਜਾ ਕੇ ਜ਼ਬਾਨ ਚਲਾਈ ਉੱਥੇ ਤਾਂ ਨਹੀਂ ਪੜਦੇ ਪੈਣੇ ਇੱਥੇ ਹੀ ਪਾਈ ਜਾਂਦੇ ਆ ਉਹ ਚੰਗਾ ਬਾਬਾ ਮੇਰਾ ਸਿਰ ਨਾ ਖਾਈ ਜਾ ਘੁੱਟ ਚਾਹ ਦਾ ਬਣਾ ਲਿਆ ਨਹੀਂ ਤੂੰ ਕਿਹੜੀ ਗੱਲ ਉਹਨਾਂ ਨਾਲ ਮੂੰਹ ਬਣਾ ਲਿਆ ਇੰਨੇ ਚਿਰ ਬਾਅਦ ਤੇਰਾ ਭਰਾ ਭਰਜਾਈ ਆਏ ਤੂੰ ਸਗੋਂ ਖੁਸ਼ ਹੋ ਉਹਨਾਂ ਦੇ ਨਾਲ ਮੰਮੀ ਮੈਨੂੰ ਇਹਨਾਂ ਦੋਵਾਂ ਜੀਆਂ ਦੇ ਇਹੋ ਕੰਮ ਨਹੀਂ ਜੇ ਚੰਗੇ ਲੈ ਆਏ ਆ ਸਤਿ ਸ਼੍ਰੀ ਅਕਾਲ ਉਸੇ ਵੇਲੇ ਜਾ ਕੇ ਘੋਰਨੇ 'ਚ ਵੜ ਗਏ ਇਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਕਿ ਰਿਸ਼ਤੇ ਦੀ ਗੱਲ ਚੱਲਣ ਡੀ ਆ ਕੁੜੀ ਦੀ ਜਾ ਕੇ ਮੰਮੀ ਨਾਲ ਕੋਈ ਸਲਾਹ ਬਾਤ ਕਰੀਏ ਇਹਨੂੰ ਭਰਾ ਆਉਂਦੇ ਆ ਇਹ ਤਾਂ ਮੈਂ ਕਹਿੰਦੀ ਭਰਾ ਕਲਾਉਣ ਦੇ ਲਾਇਕ ਹੀ ਨਹੀਂ ਹੈਗਾ ਵੀ ਨਹੀਂ ਇੰਨਾ ਗੁੱਸਾ ਨਾ ਕਰ ਸਫ਼ਰ ਤੋਂ ਆਏ ਨੇ ਥੱਕੇ ਹੋਣਗੇ ਘੜੀ ਮਾਣ ਕਰ ਲੈਂਦੇ ਆਪੇ ਆ ਜਾਣਗੇ ਤੂੰ ਨਾ ਪੁੱਛੇ ਘੱਟ ਹੀ ਪਾਇਆ ਗਾ ਉਹ ਵੋਟੀ ਦਾ ਗੁਲਾਮ ਆ ਜਦੋਂ ਉਹਦੀ ਵੋਟੀ ਨੇ ਕਹਿਣਾ ਨਾ ਉੱਧਰ ਚੱਲ ਜਾ ਉਦੋਂ ਉਹਨੇ ਇੱਧਰ ਆਉਣਾ ਉੱਦਾਂ ਨਹੀਂ ਉਹਨੇ ਆਉਣਾ ਹੈਗਾ ਵੀ ਹਾਂ ਮੰਮੀ ਜਿਹੜੀ ਮੁੰਡੇ ਦੀ 10 ਪੈਣ ਦੀ ਨਾ ਕੀ ਹਿਸਾਬ ਕਿਤਾਬ ਆ ਫੋਨ ਤੇ ਤਾਂ ਪਤਾ ਲੱਗਦਾ ਗੱਲ ਕਰਦੇ ਤੁਸੀਂ ਹੁਣ ਦੱਸੋ ਮੈਂ ਤੇਰੀ ਚਾਚੀ ਦੇ ਭਤੀਜੇ ਦਾ ਸਾਲਾ ਆ ਅੱਛਾ ਅੱਛਾ ਸੋਨੂੰ ਵੀਰ ਕਰਾਉਂਦਿਆ ਰਿਸ਼ਤਾ ਆਹੋ ਉਹ ਹੀ ਕਰਾਉਂਦਿਆ ਫਿਰ ਤੇ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਆ ਉਹਨੇ ਰਿਸ਼ਤਾ ਮਾਰਾ ਥੋੜ੍ਹੀ ਕਰਾਉਣਾ ਫਿਰ ਤਾਂ ਤੁਸੀਂ ਮੰਗਾਓ ਉਹਨਾਂ ਨੂੰ ਤੇ ਵੇਖਾ ਵਿਖਾਈ ਕਰੋ ਆਹੋ ਪੁੱਤ ਪਰਸੋਂ ਆਉਣਾ ਉਹਨਾਂ ਨੇ ਹੁਣ ਤੂੰ ਇੱਦਾਂ ਕਰ ਵੀ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰ ਲੈ 15-16 ਜੀ ਹੋ ਜਾਣੇ ਆ ਮਾਤਾ ਫਿਕਰ ਨਾ ਕਰੇ ਜ਼ਿੰਮੇਵਾਰੀ ਮੇਰੀ ਆ ਵੱਟ ਕੱਢ ਦਾਂਗੇ ਵੇਖਿਆ ਮੈਨੂੰ ਚਾਹ ਦਾ ਕਹਿ ਕੇ ਤੇ ਆਪ ਉੱਧਰ ਭੱਜ ਗਿਆ ਵਾ
नहीं इन्हां दे पैरां कड़ी मेहंदी लगी ही जड़ियां आ नहीं सकदियां। चंगा भला पता वा भी अं इन्ने चिर बाद आए हैं, बंदा आ कोई गलबात करता, पर कित्थे पिछे पिछे तो इन्हें फिरना उन्हां दे। कोई ना मम्मी नहीं चाह देन जाना, इत्थे आउणगे तो पीणगे, मेरे वाला पोशाक ठंडी हो जाए। बस बड़े वधिया, तुसीं दसो चलिए हाँ जी भाजी, तुम दसो हूँ तुम मुंडा पसंद है? ठीक है मुंडा, सोहना मुंडा। तुम दसो भूआ जी। बड़ा सोहना पुत्र, अंत मुंडा पसंद है। दसो फिर ठीक है, तेन पसंद है मुंडा? चलो चंगी तरह जो कुछ भी पुछना पछना हुने पुछ लो। नहीं पुछ लिया तुहाडे जी यकीन नहीं है सानू। पुछना है की है? ठीक है, तुम गाड़ी अगे रोके चले ठीक ही करोगे। चलो कर दो, हाँ लिया चाह पानी पी। चलो ठीक है, चलो आ जाओ, लो प्यार पी लो उधर उधर। हाँ दसो फिर परिवार ਤੇ ਅਸੀਂ ਕਿਸੇ ਚੀਜ਼ ਦੀ ਸਾਡੀ ਮੰਗ ਹੈ ਨਹੀਂ ਆ, ਤੇ ਬਾਕੀ ਚਲੋ ਕੁੜੀ ਸੋਹਣੀ ਚਾਹੀਦੀ ਸੀ ਤੇ ਉਹ ਹੈਗੀ ਆ, ਤੇ ਆਪਾਂ ਨੂੰ ਸਾਰਿਆਂ ਨੂੰ ਪਸੰਦ ਵਾ। ਬਾਕੀ ਕੁੜੀ ਨੂੰ ਪੁੱਛ ਲਓ, ਬਿਲਕੁਲ ਬਿਲਕੁਲ।
ਮੈਂ ਤੇ ਆਨੀ ਚੁੰਨੀ ਚੜਾ ਕਰਕੇ ਤੇ ਨਾਲ ਹੀ ਲੈ ਜੀਏ ਲਾ ਤੂੰ ਤਾਂ ਮੇਰੇ ਮੂੰਹ ਦੀ ਗੱਲ ਖੋਲ ਸਭ ਤੋਂ ਵਧੀਆ ਵਾ ਚੁੰਨੀ ਚੜਾਓ ਜੋ ਚਾਹੀਦਾ ਖਰਚਾ ਵੀ ਵੱਜ ਜੂਗਾ ਤੇ ਲਗਾਣਾ ਲਗਾਇਆ ਤੇ ਕਿੰਨਾਂ ਨੇ ਕੜਾ ਮੁੰਡਿਆਂ ਨੇ ਦੱਸ ਸਾਰਾ ਤੇ ਮਾਰ ਠੀਕ ਹੈ ਚਲੋ ਇਦਾਂ ਠੀਕ ਹੈ ਚਲੋ ਠੀਕ ਹੈ ਠੀਕ ਹੈ ਚਲੋ ਚਲੋ ਹੁਣ ਵੇੜੋ ਕੰਮ ਚਲੋ ਠੀਕ ਆ ਚਲੋ ਬਾਹਰ ਚੱਲ ਸੋਨਾ ਹੋ ਗਿਆ ਕੰਮ ਚਲੋ हाँ प्रीत पसंद है मुंडा फिर हाँ जी भाभी जी सोहना मुंडा चल वेख ला सारा परिवार किदा है रल मिल के रेंदे आ तो तू भी इन्हां च इदां ही रच मिच जाना वा कोई नहीं भाभी जी कल कोई मौका ना आए शिकायत दा नहीं मिलदा कोई गल नाले ओह आंदे आ असीं चुन्नी चढ़ा कर लैणा वा तो मैं ते आनी आ भी इदां सगों ठीक आ चुन्नी चढ़ा कर लईए तो नाले तेरे भरा भरजाई दा खर्चा बच जाएगा कोई नहीं भाभी जी वेख लो जिदा तुहानूं ठीक लगदा ठीक है ना इदां चलो तुसीं करो तैयारी तो मैं उन्हां नूं पुछवां भी चाह लै आवां ठीक है प्रीत फिर कर दी चुन्नी चढ़ावा आहो तू तो बड़ी खुश है कि चुन्नी चढ़ा हो जे ते ए मेरे गलों लथ जे हाय हौली बोल मेरी गल सुन मैं थोड़ी कहन डई हां जीतां कहन डई ही नाले मुंडे वाले मनन डए आ ते ना बाबा रौला ना पा तू जे तेरे भरा नाल मैं सलाह कर लेनी आ ते अहीं ब्याह ही कर दांगे तेनू ना बहुत चंगे बन दी लोड़ नहीं है चुप कर ते बैठी रह जिद्दां मम्मी कहूगी ना मैं ते उदां ही करना हुण मेरे मुंह वल की वेखी जांदी है इन्हां नूं पाला के ठंडे करके उन्हें फिर मत्थे मारने आ ਬਣਾ ਕੇ ਤੁਰੀ ਰਹੀ ਉੱਥੇ